Officer, officer, मैं मुड़ के आंदा फिर तेरे नाल पीरी मरीदी करना मैंने जान दे सारा ठीक वो बड़े मजे नाल बह गया वो सीधा सरकार बंस बाग दे घर पहुंच गया चोरी किते वास्ते अंदर वड़िया सरकार दी जड़ी सी ना वो जुबा मुबारक है उसे ताड़िया अगर सी बड़ा मान है चुकिया नाल फिर थोड़ी आवाज आई कि फलानी जाई दा कुतुब जड़ाया तो वफात पा गया तो हजूर उत कुतुब तैनात किया जाए सरकार सुना इन करके है नहीं किया उन्हें आखे अंदर आ अंदर आया वो पिछले सफा में जाके तक वो पिछले सफा ही गया ऐज पकड़िया उस आखे मैं कुतुब शुतुब कोई नहीं है मैं चोर हूँ उस आखे नहीं जी नहीं तुसी कुतुब हो मैनू एक गल दसो बंदा है इंज करके बां पानिया अंदर माड़े हथा नलके लगना ओ बोलो सारे यार पानी, पानी। अगर ऐनी करके दही वारो फिर दही दही लगना अगर ऐनी करके शहद ही वारो फिर शहद ही लगना इधर मेरी गल सुन के नहीं हो ऐनी करके इधर मेरी गल सुन के चाह के बिलायत अंदर इंसाफ ही छोड़ो फिर मैं अर्की लगना बिलायत लगनी और जेड़े आए सर कुत्तों के रास्ते उन्हें चुके ऐनी करके सरकार कभी सटिया सरकार ऐनी सीने ना लाया है के बढ़ गया कुत्ता बन गया सरकार हिंज करके आवाज लाई कहने के गल सुन और राह विच लारे ला के आए वो लारा ला के आए उस नाल अपनी पीरी मरीदी करके राजी बाजी करके उस नु बैठ करके फिर अगे टुरी अगे टुरी अगे अगे टुरी है एवे अगे ना टुरी इधर मेरी गल सुन के नहीं अगे ना टुरी वो तुहाड़ा इंतजार करना पे है इधर मेरी गल सुन के नहीं हो ओए असी उसकी महफिल विच बैठे ने अल्लाह दे बंदे हो ਉਹਦੀ ਬਹਿਫਲ ਵਿੱਚ ਉਸਦੀ ਬਹਿਫਲ ਬੈਠੇ ਨੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਾਂ ਇਹ ਸਿੱਧਾ ਸਿਰਫ ਟੋਟਲੀ ਸਹੀਦ ਅਫਸਰ ਸਾਹਿਬ ਵਾਸਤੇ ਜੰਨਤ ਅੰਦਰ ਨਾ ਜੰਨਤ ਅੰਦਰ ਸਾਰੇ ਜੰਨਤ ਮੰਗਣੇ ਨਾ ਮੈਂ ਵੀ ਮੰਗਣਾ ਸਾਰੇ ਮੰਗਣੇ ਕੋਈ ਐਸਾ ਨਹੀਂ ਜਿਹੜਾ ਨਾ ਮੰਗਦਾ ਹੋਵੇ ਸਾਰੇ ਜੰਨਤ ਮੰਗਣੇ ਹੈ ਅੰਦਰੋਂ ਆਵਾਜ਼ ਆਉਂਦੀ ਅੱਲਾਹ 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 ਜੰਨਤ ਵਿੱਚੋਂ ਇੰਜ ਹੀ ਆਵਾਜ਼ ਆਉਂਦੀ ਸੀ ਸਜਿਓ ਖਬਿਓ ਫਰਿਸ਼ਤੇ ਜਨਾਬ ਅੱਲਾ 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 ਜ਼ਿਕਰੇ ਅੱਲਾ ਹਾਏ 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 ਹਰ ਜ਼ਬਾਨ ਅੰਦਰ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਅੱਲਾ ਦਾ ਜ਼ਿਕਰ ਆਂਦਾ ਸੀ ਐਂ ਐਂ ਇਧਰ ਮੇਰੀ ਗੱਲ ਸੁਣ ਕੇ ਦਿਓ ਹੈ ਅੱਲਾ ਜਿਸ ਨੇ ਤੱਕਿਆ ਨਾ ਇਹ ਕਰਕੇ ਅੱਲਾ 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 ਉਸ ਆਖਿਆ ਕੰਨੀ ਅੱਲਾ ਲੈਣੀ ਚੰਗੀ ਨਹੀਂ ਕਲੀ ਅੱਲਾ ਲੈਣੀ ਚੰਗੀ ਨਹੀਂ ਹੈ ਫਿਰ ਜਨਾਬ ਕੀ ਕੀਤਾ ਆਦਮ ਅਲੈਹਿਸਲਾਮ ਨੂੰ ਪੈਦਾ ਕੀਤਾ ਕੀ ਕੀਤਾ ਆਦਮ ਅਲੈਹਿਸਲਾਮ ਨੂੰ ਪੈਦਾ ਕੀਤਾ ਔਰ ਆਦਮ ਅਲੈਹਿਸਲਾਮ ਦੀ ਪਿਸ਼ਾਨੀ ਵਿੱਚ ਹੈ ਆਪਣਾ ਨੂਰ ਨੂਰੇ ਮੁਹੰਮਦੀ ਉਸ ਵਿੱਚ ਰੱਖ ਕੇ ਹੈ ਜਿਸ ਨੇ ਇਧਰ ਮੇਰੀ ਗੱਲ ਸੁਣੀ ਆਦਮ ਅਲੈਹਿਸਲਾਮ ਨੂੰ ਸਾਹਮਣੇ ਕੀਤਾ ਉਹ ਜਿਹੜਾ ਅੰਦਰਾਂ ਦਾ ਕਾਫਰ ਛੁਪਿਆ ਨਾ ਸੀ ਨਾ ਅੰਦਰ ਦਾ ਚੌਧਰੀ ਜਬ ਕੱਲੀ ਹੈ ਉਹ ਜਿਹੜਾ ਛੁਪਿਆ ਨਾ ਸੀ ਉਸੇ ਆਖਿਆ ਉਹ ਜਿਹੜਾ ਸਹੀਦਾ ਕਰ ਸਹੀਦਾ ਉਹ ਸਹੀਦਾ ਕਰ ਉਸ ਦਾ ਫਿਰ ਮੈਂ ਨਹੀਂ ਕਰਦਾ ਕਿਉਂ ਮੇਰੀ ਕੋਈ ਤੋਹੀਨ ਹੈ ਅੱਲਾ ਪਾਕ ਪੁੱਛੋ ਤੇਰੀ ਕਿਹੜੀ ਤੋਹੀਨ ਹੈ ਦੱਸ ਓਏ ਕਿਹੜੀ ਓਏ ਕਹਿਣ ਕਿ ਜੀ ਮਿੱਟੀ ਦਾ ਬਣਿਆ ਮੈਂ ਹਤੂ ਹਮੇ ਅੱਗ ਦਾ ਬਣਿਆ ਮੈਂ ਜਰਾ ਗੱਲ ਹੋਰ ਨਾ ਸੁਣਿਓ ਹੋਰ ਨਾਲ ਅਗਰ ਕੰਨ ਸਾਫ਼ ਨਹੀਂ ਆ ਗਲੇ ਦੀਆਂ ਗਰਾਰੀਆਂ ਰੰਨਾਂ ਕੋਲ ਛੋੜ ਆਏ ਹੋ ਫਿਰ ਤਾਂ ਚੁੱਪ ਕਰਕੇ ਬਾਹਰ ਨਿਕਲ ਜਾਓ ਅਗਰ ਗੱਲ ਕਿੰਨੀ ਆ ਇਹ ਗੱਲ ਨਹੀਂ ਪਹਿਲੇ ਕਿਸੇ ਕੀਤੀ ਜਰਾ ਹੋਰ ਨਾਲ ਸੁਣਿਓ ਉਹ ਜਿਸ ਲਈ ਇਧਰ ਮੇਰੀ ਗੱਲ ਸੁਣ ਕੇ ਨੂੰ ਜਿਸ ਲਈ ਇੰਜ ਆਖਿਆ ਨਾ ਇਧਰ ਮੇਰੀ ਗੱਲ ਸੁਣੀ ਸਜਦਾ ਕਰ ਓਏ ਕਹਿਣ ਲੱਗੇ ਜੀ ਮੈਂ ਨਹੀਂ ਕਰਦਾ ਮੈਂ ਅੱਗ ਦਾ ਬਣਿਆ ਮੈਂ ਇਹ ਮਿੱਟੀ ਦਾ ਬਣਿਆ ਮੈਂ ਹੈ ਇਹ ਮਿੱਟੀ ਦਾ ਬਣਿਆ ਮੈਂ ਅੱਗ ਦਾ ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ
ਤੁਸੀਂ ਸਾਰੇ ਜਾਜੋ, ਮੈਂ ਵਕਾਲਤ ਕਰਨਾ ਪਿਆ, ਤੁਸੀਂ ਸਾਰੇ ਜਾਜੋ, ਆਪਣੇ ਜ਼ਮੀਰ ਦਾ ਫੈਸਲਾ ਕਰੋ, ਜ਼ਮੀਰ ਦਾ ਜਿਹੜੀ ਗੱਲ ਤੁਹਾਡਾ ਜ਼ਮੀਰ ਆਖੇ ਹੈ। ਅਗਰ ਕੱਲੀ ਅੱਲਾਹ ਅੱਲਾਹ ਕਰਨੇ ਤੋਂ ਉਸੋ ਤੇ ਲਾਨਤ ਪਈ, ਫਿਰ ਮੇਰਾ ਅਕੀਦਾ ਝੂਠਾ ਹੈ, ਫਿਰ ਮੇਰਾ ਅਕੀਦਾ ਝੂਠਾ। ਕੱਲੀ ਅੱਲਾਹ ਕਰਨੇ ਤੋਂ ਉਸੋ ਤੇ ਲਾਨਤ ਪਈ, ਫਿਰ ਮੇਰਾ ਅਕੀਦਾ ਝੂਠਾ ਹੈ। ਅਗਰ ਉਹ ਵੀ ਥੋੜਾ ਜਿਹਾ ਖਿਆਲ ਕਰ ਲੈ, ਮਨ ਹੈ ਇਹ ਮੇਰੀ ਗੱਲ ਸੁਣ ਕੇ ਦੋ। ਅਗਰ ਅੱਲਾਹ ਅੱਲਾਹ ਕਰਨੇ ਤੋਂ ਅਗਰ ਉਸਦੀ ਉੱਤੇ ਲਾਨਤ ਪਈ ਗਈ, ਫਿਰ ਮੇਰੀ ਗੱਲ ਸੁਣ ਕੇ ਜ਼ਰਾ ਉਹ ਆਪਣਾ ਅਕੀਦਾ ਚੈੱਕ ਕਰ ਲਵੇਗਾ, ਆਪਣਾ ਕੀਦਾ ਤਾਂ ਗਲਤ ਨਹੀਂ ਸੀ, ਇਧਰ ਮੇਰੀ ਗੱਲ ਛੁੱਟ ਗਈ ਨਹੀਂ, ਖੁਦ ਤਾਂ ਗਲਤ ਨਹੀਂ ਲੱਗਿਆ ਤਾਂ ਇਧਰ ਮੇਰੀ ਗੱਲ ਛੁੱਟੋ। ਔਰ ਜਿਸ ਵੇਲੇ ਅੱਲਾਹ ਪਾਕ ਸੁਣ ਤੱਕਿਆ ਇਹ ਲੜਦੀ ਹੋ ਗਿਆ, ਵੱਡੀ ਸੁਪਰੀਮ ਕੋਰਟ ਦੀ ਅਦਾਲਤ ਵਿੱਚੋਂ ਲੜਦੀ ਹੋ ਗਿਆ ਅੱਲਾਹ ਪਾਕ ਸੁਣ ਆਖਿਆ, ਓਏ ਬਿਸਤਰਾ ਚੁੱਕ, ਇੱਥੋਂ ਜਨਮ ਵਿੱਚੋਂ ਉਹ ਬਿਸਤਰਾ ਚੁੱਕ, ਉਹ ਚੁੱਕ ਓਏ, ਆਪਣਾ ਕੀਦਾ ਸੁਚਾ ਹੈ, ਖੁਦਾ ਰਸੂਲ ਦੇ ਨਜ਼ਦੀਕ ਖਰਾ ਹੈ। ਨਬੀ ਦਾ ਕੋਈ ਵੀ ਗੁਲਾਮ ਨਾ, ਨਬੀ ਅਲੈਹਿਸਸਲਾਮ ਦਾ ਕੋਈ ਵੀ ਗੁਲਾਮ, ਠੀਕ ਹੈ। ਕੱਲ੍ਹ ਮੈਂ ਤੁਹਾਨੂੰ ਹੋਰ ਦੱਸਾਂ, ਬੜੀ ਵੱਡੀ ਗੱਲ, ਯਕੀਨ ਕਰੀ ਮੇਰੇ ਕੋਲ ਜਿਸ ਨੂੰ ਫੁੱਲ ਪਏ ਨਾ, ਫੁੱਲਾਂ ਦੀਆਂ ਪੱਤੀਆਂ ਪਈਆਂ ਨੇ, ਇੰਝ ਔਰਤਾਂ ਦਾ ਮਰਦ ਆਉਂਦਾ, ਜਿਸ ਨੂੰ ਫੁੱਲਾਂ ਦੀਆਂ ਪੱਤੀਆਂ ਪਈਆਂ ਨੇ, ਸਾਰੀ ਦਿਹਾੜੀ ਉਹਨਾਂ ਨਾਲ ਮੇਰਾ ਮੁਬਾਲਾ ਹੁੰਦਾ ਰਹਿੰਦਾ, ਸਮਝਾਉਂਦਾ ਰਹਿੰਦਾ। ਥੋੜ੍ਹੀ ਦੇਰ ਰਸਤੇ ਆਉਂਦੇ ਨੇ ਜੀ, ਕੋਈ ਦੁੱਧ ਦਾ ਗਲਾਸ ਪੀਤਾ, ਦੁੱਧ ਪੱਤੀ ਪੀਤੀ ਚਲੇ ਜਾਂਦੇ ਨੇ, ਮਤਲਬ ਸਹੀ ਪਕੜਾਉਂਦੇ ਨਹੀਂ ਹੈ, ਮੇਰੇ ਨਾਲ ਪਿਆਰ ਨਹੀਂ ਕਰਦੇ, ਹੈਂ ਮੇਰੇ ਨਾਲ ਪਿਆਰ ਨਹੀਂ ਕਰਦੇ, ਖਿਆਲ ਨਹੀਂ ਕਰਦੇ, ਮੇਰੇ ਮਾਂ ਬਾਪ ਦਾ ਵੀ ਖਿਆਲ ਨਹੀਂ ਕਰਦੇ, ਮੇਰੇ ਕੋਲ ਰਹਿੰਦੇ ਵੀ ਨਹੀਂ ਹੈ, ਪਤਾ ਨਹੀਂ ਅੱਲਾਹ ਜਾਣੇ ਦੂਈ ਕਿੱਥੇ ਸੀ। ਬਹੁਤ ਸਾਰੇ ਅੱਲਾਹ ਤਕਰੇ, ਬਹੁਤ ਸਾਰੇ ਕੇਸ ਐਸੇ ਜਿਹਨੇ ਮੈਂ ਪੁੱਛਣਾ ਇਸਦਾ ਕੀ ਨਾਂ ਹੈ, ਕੀ ਨਾਂ ਹੈ ਤੁਹਾਡੇ ਮੀਆਂ ਦਾ, ਕਹਿੰਦੇ ਜੀ ਤੈਰ ਮਾਮੂ, ਕੀ ਨਾਂ ਦੱਸੇ ਨੇ, ਕਿਸੇ ਹੋਰ ਕੋਲ ਪੁੱਛਿਆ, ਕਹਿੰਦੇ ਜੀ ਫਿਆਜ਼ ਅਬਾਸੀ, ਮੈਂ ਜੀ ਪੂਰਾ ਨਾਮ, ਕਹਿੰਦਾ ਜੀ ਫਿਆਜ਼ ਅਬਾਸੀ, ਮੈਂ ਅਬੇ ਰੰਗਾ ਸ਼ਹਿਦ ਅਬਾਸੀ, ਮੈਂ ਆਹ ਦਾਦੇ ਰੋਨਾ ਹੈ ਆਹ ਕਰਾਰ ਬਾਸੀ, ਇਹ ਪੂਰੀ ਪੱਟੀ ਜਿਹੜੀ ਹੈਗੀ ਮੇਰੀ ਗੱਲ ਸੁਣੀ ਕਿ ਨਹੀਂ ਆ, ਇਸ ਤੋਂ ਖਾਲੀ
ਮਤਲਬ ਬੜੇ ਹੋਰ ਨਾਲ ਬੜੀ ਫਿਕਰ ਨਾਲ ਬੜੀ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਪਿਆ ਵੱਡੀ ਇਹ ਜਿਤਨੇ ਮੈਂ ਕੰਮ ਤੱਕੇ ਨੇ ਜਿਤਨੇ ਲੋਕ ਤੱਕੇ ਨੇ ਜਿਨ੍ਹਾਂ ਖਾਤੂਨਾਂ ਨਾਲ ਜਿਨ੍ਹਾਂ ਮਰਦਾਂ ਨਾਲ ਜਿਨ੍ਹਾਂ ਬੀਬੀਆਂ ਨਾਲ ਮੈਂ ਮਿਲਿਆ ਉਹਨਾਂ ਵਿੱਚ ਇਹ ਤੱਕਿਆ ਉਹਨਾਂ ਵਿੱਚ ਮੁਹੰਮਦ ਵੀ ਨਹੀਂ ਅਹਿਮਦ ਵੀ ਨਹੀਂ ਅਲੀ ਵੀ ਨਹੀਂ ਹਸਨ ਵੀ ਨਹੀਂ ਹਸੈਨ ਵੀ ਨਹੀਂ ਅਗਰ ਮਰਦ ਦੇ ਨਾਂ ਅੰਦਰ ਮੇਰੀ ਗੱਲ ਸੁਣੀ ਕਿ ਨਹੀਂ ਮੁਹੰਮਦ ਹੈ ਅਹਿਮਦ ਹੈ ਅਲੀ ਹੈ ਹਸਨ ਹੈ ਹਸੈਨ ਹੈ ਇੱਜ਼ਤ ਵੀ ਹੈ पेट्रोल पंप तो पेट्रोल लभना है ठीक है दवाई वाली दुकान तो दवाई लभनी कपड़े वाली दुकान तो कपड़े लभने जुतियां की दुकान तो जुतियां लभनियां एक गल ठीक है इज्जत भी किसी इज्जत वाले को लभनी किसी कमीने को नहीं लभनी नहीं लभनी नहीं लभनी नहीं लभनी जब तक मेरी गल सुन के नहीं हो इज्जत मेरी गल सुन के नहीं इज्जत है इधर मेरी गल सुन के नहीं इज्जत है ही मुहम्मद विच मेरी गल सुन के नहीं इज्जत है ही मुहम्मद विच अहमद विच एली विच है इर मेरी गल सुन के नहीं एली नु चुके एली नु चुके सीधे दरवाजे जो अंदर ने दरवाजे दीवार तोड़ के काबे अंदर उन्नी नरी वलायत तो दोई कोई वो आम है वो कोई आम है मैं इधर मेरी गल सुन के नहीं है ਹਾਂਜੀ ਬੜੀ ਬੜੀ ਕਿਆ ਬਾਤ ਹੈ ਇੱਧਰ ਮੇਰੀ ਗੱਲ ਸੁਣ ਕੇ ਨੂੰ ਬੜੀ ਗੱਲ ਹੈ ਇੱਧਰ ਮੇਰੀ ਗੱਲ ਸੁਣ ਕੇ ਨੇ ਇੱਕ ਗੱਲ ਹੋਰ ਵੀ ਹੈ ਮੈਨੂੰ ਇਹ ਗੱਲ ਦੱਸੋ ਇੱਧਰ ਗੱਲ ਸੁਣੋ ਹਾਏ ਜਿਹੜੇ ਕੁੜੀਆਂ ਦੇ ਮੁੰਡੇ ਦੂਏ ਤ੍ਰੀਏ ਸਾਰੇ ਘੋੜੇ ਤਲੇ ਗੁਜ਼ਰਨੇ ਨਹੀਂ ਮੇਰੀ ਗੱਲ ਸੁਣੀ ਕਿ ਨਹੀਂ ਬੱਚੇ ਪੈਦਾ ਹੁੰਦੇ ਮੈਂ ਆਖਿਆ ਬੱਚੇ ਨਾ 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 ਬਛੇਰੇ ਪੈਦਾ ਹੁੰਦੇ ਬਛੇਰੇ 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 ਪੈਦਾ ਹੁੰਦੇ ਨਾ ਮੈਂ ਨਹੀਂ ਮੰਨਦਾ ਨਾ 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 ਇੱਥੋਂ ਕੁੜ ਪਈ ਸੋ ਉੱਥੋਂ ਕੁੜ ਨਿਕਲ ਸੀ ਇਥੋਂ ਮਾਲਟੇ ਪੈ ਸੋ ਉਥੋਂ ਮਾਲਟੇ ਨਿਕਲ ਸਨ ਇਥੋਂ ਕਿਨੂੰ ਪੈ ਸੋ ਉਥੋਂ ਕਿਨੂੰ ਨਿਕਲ ਸਨ ਇਥੋਂ ਸ਼ੱਕਰ ਪੈ ਸੋ ਉਥੋਂ ਸ਼ੱਕਰ ਨਿਕਲ ਸੀ ਇਥੋਂ ਮਠਿਆਈ ਪੈ ਸੋ ਉਥੋਂ ਮਠਿਆਈ ਨਿਕਲ ਸੀ ਔਰ ਜੋ ਤੁਸੀਂ ਪੈਕ ਕਰ ਸੋ ਉਹ ਨਿਕਲ ਸੀ ਇੱਥੇ ਨਮਾਜ਼ ਪੜ੍ਹ ਸੋ ਉੱਥੇ ਨਮਾਜ਼ ਨਿਕਲ ਸੀ ਗੱਲ ਸਮਝੀ ਹੋ ਇੱਥੇ ਰੋਜ਼ੇ ਰੱਖ ਸੋ ਉੱਥੇ ਰੋਜ਼ੇ ਨਿਕਲ ਸਨ ਇੱਥੇ ਨਫਲ ਪੜ੍ਹ ਸੋ ਉੱਥੇ ਨਫਲ ਨਿਕਲ ਸਨ ਉਹ ਇੱਕ ਬੰਦਾ ਇੱਕ ਹੋਇਆ ਇੱਧਰ ਫਿਰਦਾ 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 ਕੋਈ ਮੜ ਕੇ ਹੀ ਲਾਉਂਦਾ ਲਾਉਂਦਾ ਮੇਰੇ ਕੋਲ ਆਣ ਪਹੁੰਚਿਆ ਕਹਿਣ ਲੱਗਾ ਜੀ ਮੈਨੂੰ ਮਰਨੇ ਦਾ ਦਿਲ ਨਹੀਂ ਕਰਨਾ ਜੀ ਪੀਰ ਸਾਹਿਬ ਮੇਰੀ ਕੋਈ ਪੇਸ਼ੈਂਟ ਗੋਈ ਕਰੋ ਮੇਰਾ ਮਰਨੇ ਦਾ ਦਿਲ ਨਹੀਂ ਕਰਦਾ ਉਹ ਤੂੰ ਪਿਓ ਨੂੰ ਜਗ੍ਹਾ ਛੋੜ ਲਓ ਇਹਦਾ ਜਗ੍ਹਾ ਛੋੜ ਪਿਓ ਨੂੰ ਆ ਮੇਰਾ ਮਰਨੇ ਤੋਂ ਮਰਨੇ ਵਾਸਤੇ ਦਿਲ ਨਹੀਂ ਕਰਦਾ ਬੜੇ ਮੋਜੇ ਦੀ ਗੱਲ ਹੈ ਇਹ ਅਜੇ ਸਾਹਿਬ ਨੂੰ ਸੁਣਾਉਂਦਾ ਪਿਆ ਉਹਨਾਂ ਪੇਸ਼ ਕਰਨਾ ਪਿਆ ਉਹਨਾਂ ਦੀ ਮੁਖਤਿਆਰੇ ਕੋਲ ਇਹ ਮੁਖਤਿਆਰੇ ਕੋਲ ਹਾਂਜੀ ਮੈਨੂੰ ਮਰਨੇ ਦਾ ਦਿਲ ਨਹੀਂ ਕਰਦਾ ਮੌਤ ਕੋਲੋਂ ਬੜਾ ਡਰ ਲੱਗਣਾ ਹੈ ਮੈਂ ਅੱਛਾ ਮੈਂ ਉਹ ਕੀ ਦਵਾਈਆਂ ਲਈਆਂ ਬੜੀਆਂ ਦਵਾਈਆਂ ਲਈਆਂ ਜੀ ਮੈਂ ਕੀ ਦਵਾ ਲਈ ਬੜੀਆਂ ਦਵਾਵਾਂ ਲਈਆਂ ਜੀ ਮੈਂ ਕੀ ਪੜ੍ਹੇ ਹਜੇ ਬਹੁਤ ਕੁਝ ਪੜ੍ਹੇ ਮੈਂ ਆਰਾਮ ਨਹੀਂ ਆਇਆ ਨਹੀਂ ਆਇਆ ਮੈਂ ਆਖਿਆ ਇਹ ਗੱਲ ਦੱਸ ਸੱਚੀ ਸੱਚੀ ਦੱਸੀ ਪੈਸੇ ਹੈ ਨਹੀਂ ਹਜੇ ਹੈ ਮੈਂ ਆਖਿਆ ਨਮਾਜ਼ ਪੜ੍ਹੇਗਾ ਪੰਜੇ ਟੇਮ ਮਸਜਿਦ ਹੀ ਜਾ ਕੇ ਪੜ੍ਹੇਗਾ ਹੈਂ ਨਫਲ ਵੀ ਪੜ੍ਹਿਆ ਕਰ ਹੈਂ ਤਹਜਦ ਵੀ ਪੜ੍ਹਿਆ ਕਰ ਸਲਾਤ ਤਸਵੀ ਪੜ੍ਹਿਆ ਕਰ ਕਿਸੇ ਗਰੀਬ ਮਸਕੀਨ ਦੇ ਕੰਮ ਵੀ ਆਇਆ ਕਰ ਕਿਸੇ ਗਰੀਬ ਮਸਕੀਨ ਨਾਲ ਟੁਰਿਆ ਵੀ ਕਰ ਕਿਸੇ ਗਰੀਬ ਮਸਕੀਨ ਦੀ ਬੱਚੀ ਦੀ ਸ਼ਾਦੀ ਵਿੱਚ ਉਸਦੇ ਕੰਮ ਵੀ ਆ ਕੁਝ ਮਾਮਲਾਤ ਇੰਜ ਕਰ ਫਿਰ ਮੇਰੇ ਕੋਲ 6 ਮਹੀਨਿਆਂ ਬਾਅਦ ਫਿਰ ਮੇਰੇ ਕੋਲ ਆਈ ਉਹ 6 ਮਹੀਨੇ ਉਹ ਸਾਰੇ ਕੰਮ ਕੀਤੇ ਸਾਰੇ ਕੰਮ ਕੀਤੇ ਰੁਪਈਏ ਵੀ 5-7 ਲੱਖ ਰੁਪਏ ਖਰਚ ਕੀਤੇ ਨੇ ਫਿਰ ਮੇਰੇ ਕੋਲ ਆਇਆ ਮੈਂ ਕਿਹਾ ਹੁਣ ਸੁਣਾ ਕਹਿੰਦਾ ਜੀ ਹੁਣ ਮਰਨੇ ਦਾ ਦਿਲ ਕਰਨਾ ਹੈ ਮਰਨੇ ਦਾ
मरना ना दिल करना है। मैं आया गल हैगी लाहौर विच मेरा पलाजा भी होए, दुकाना भी होए, फ्लैट भी होए, कोठी भी होए। मैं मुल्तान गया था वहां वापसी आवा मैनू पलाजा तक कोठी तकने का दिल करसी,